ਕਾਰਜ ਬੈਠੇ ਹੋ ਲਤਾ ਗੱਲ ਰੱਖੀ ਤੇ ਬਸ ਮਾਰਾ ਸਟੇਰੀ ਉਹ ਬੰਨੇ ਰਿਓ ਸਕੂਦਾ ਕਿਹੜੇ ਚ ਚੋਕਰ ਬੰਨੇ ਸਰ ਮਾਰੇ ਜੀ ਅਸਾਂ ਲੈ ਕੇ ਜੀ ਇੱਕ ਸਾਲ ਇਸ ਨਾਲ ਇੱਕ ਸਾਲ ਹੋ ਸੋ ਫਿਰ ਫਾਰ ਹੋ ਸੋ ਬੜੇ ਮਜ਼ੇ ਨਾਲ ਆਪਣੀ ਜ਼ਿੰਦਗੀ ਕੀ ਗੁਜ਼ਾਰਨੇ ਹੋ ਸਭੇ ਮੈਂ ਕੀ ਆਣੇ ਜੀ ਬੰਦੇ ਨਾਲ ਚੀਜ਼ ਕੀ ਸਵੇਸ ਦਰਬਾਰੀ ਉਸਾਂ ਨਾਲ ਮੌਜੂਦ ਆ ਜੀ ਅੱਜ ਇਸ ਨਾਲ ਚੋਕ ਪਟੋਰੀ ਸ਼ਹਿਰ ਜੋ ਥੋੜਾ ਬੈਠਾ ਵਾ ਰੋਜ਼ਾ ਵੀ ਇਸ ਨਾਲ ਆਪਣਾ 100 ਰੁਪਿਆ ਦੱਸਣਾ ਨਮਾਜ਼ ਪੜੀ ਬਸਤੇ ਦੀ ਨਾਲ ਬਸਤੇ ਦੀ ਉਸੇ ਜਦੋਂ ਬਣਾਇਆ ਅਗਲੇ ਮਗਰਬ ਦੀ ਨਮਾਜ਼ ਦਾ ਟਾਈਮ ਹੋਣ ਵਾਲਾ ਕੋਈ 1 ਵਜੇ ਮਿਲਦੇ ਅੱਜ ਤੁਸਾਂ ਸਗਿਆ ਦੋਸਤਾਂ ਕੀ ਭੈਣਾਂ ਭਰਾ ਕੇ ਜਿਹੜੇ ਪਾਕਿਸਤਾਨ ਵਿੱਚ ਰਹਿਣੇ ਹੋ ਚਾਹੇ ਪਰਦੇਸ਼ ਹੀ ਰਹਿਣੇ ਹੋ ਅੱਜ ਇੱਕ ਮੈਂ ਸੰਗੀ ਹੈ ਇੱਕ ਨਾਲ ਮੁਲਾਕਾਤ ਕਰਾਉਣਾ ਆ ਬਹੁਤ ਨਾ ਮੁਹਾਰ ਬੜਾ ਸੰਗੀ ਆ ਨਾ ਉਸ ਨਾਲ ਉਸਾਮਾ ਆ ਆਹਣੇ ਉਸਕੀ ਕੋਡੂ ਹੈ ਬੰਦਾ ਤੱਕ ਸੋ ਸੰਗੀ ਆਸਾਈ ਐਸੀ ਗੱਪ ਮਾਰ ਸੋ ਮਿੱਠੀਆਂ ਗੱਪਾਂ ਹਸਣ ਤੁਸਾਂ ਨਾਲ ਦਿਲੇ ਆ ਉਹਨੇ ਗੱਪ ਸ਼ੱਪ ਕਰਾਉਣੇ ਆ ਜੀ ਮੈਂ ਆਪਣੇ ਕੈਮਰਾ ਮੈਨ ਕੇ ਆਸਾਂ ਤੇ ਰੱਖਿਆ ਕੈਮਰਾ ਸ਼ੈਮਰਾ ਮਾਰਿਆ ਜੀ ਦਾ ਅਸਲਾਮ ਅਲੈਕਮ ਜੀ ਵਾਲੇਕਮ ਸਲਾਮ ਉਹ ਪਾਪਾ ਬਾਲਿਓ ਵਾਲੇ ਆ ਤੁਸੀਂ ਬਾਲਿਓ ਠੀਕ ਠਾਕ ਕੀ ਚੱਲਦੇ ਹੋ ਪੇ ਅੱਜ ਥੋੜੀ ਚਲਣੇ ਪਿਆ ਬਸ ਇਹ ਕਰਵਾ ਰਹਾ ਇਹ ਤੁਸਾਂ ਦਾ ਕਰ ਮਾਰ ਆ ਉਹ ਇਹਨੇ ਆਹਣੇ ਵਿਊ ਇੱਥੇ ਉਹ ਬਹਿਣੇ ਆ ਜੀ ਅਸਾਂ ਕੋਡੂ ਵਾਲਾ ਕੋਲ ਮਾਰ ਸਾਹ ਮਿੱਠੀਆਂ ਮਿੱਠੀਆਂ ਬੱਬਾ ਵਿਊ ਜੀ ਪਾਪਾ ਆਓ ਸੇ ਸੇ ਠੀਕ ਹੈ ਅੱਲਾ ਪਾਕ ਦਾ ਸ਼ੁਕਰ ਆ ਤੁਸਾਂ ਕੋਲ ਆਏ ਆ ਮਸਜਿਦ ਦੀ ਨਮਾਜ਼ ਪੜੀ ਰੋਜ਼ਾ ਕਿਹਸਾ ਜਾਣਾ ਵੇ ਪਿਆ ਸਹੀ ਜਾਣਾ ਪਟੀ ਕੋ ਲਗਾ ਸ਼ਵਾਦਰੀ ਨਾ ਨਹੀਂ 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 ਰੱਖਿਆ ਵੇ ਕੋਈ ਨਹੀਂ 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 ਰੱਖਿਆ ਰੱਖਿਆ ਕੋ ਤੇ ਰੱਖਿਆ ਚਕੋਰੇ ਜੀ ਆ ਦੁਕਾਨਾਂ ਚ ਦੁਕਾਨਾਂ ਚ ਕੋ ਨਾਲ ਡਿਊ ਸ਼ੂ ਵੀ ਮਾਰਨੇ ਹੋਣੇ ਕੋਈ ਨਹੀਂ ਪਿਓ ਰੋਜ਼ਾ ਖੁੱਲਾ ਫਿਰ ਮਾਰਨੇ ਆ ਪੈਰ ਕੋ ਨੇ ਮਾਰਨੇ ਇਹਨਾਂ ਭਾਣਾ ਭਰਾ ਕੇ ਮਰਵਾਉ ਨਾ ਡਿਊ ਮਰਵਾਈ ਦੱਸਾਂ ਕਿਆ ਮਰਵਾਸੋ ਨੇ ਫ੍ਰਿਜ ਮਰਵਾਸੋ ਜਾਂ ਪੈਸੇ ਕਿੰਨੇ ਤੇਰਾ ਇਹਨਾਂ ਨਾਲ ਦੱਸੋ ਬਾਬਾ ਦਾ ਤੁਸਾਂ ਨਹੀਂ ਬੋਤਲ ਬੋਤਲ ਸੁੱਕੇ ਪਰ ਜਾਂ ਪੈਸਿਆਂ ਪਰ ਸੁੱਕੇ ਪਰ ਸੁੱਕੇ ਪਰ ਅਸਾਂ ਕੀ ਵੀ ਕੋਈ ਦੇ ਜੁਲਸੋ ਦੇ ਜੁਲਸੋ ਕਿਆ ਮੈਂ ਅੰਡੇ ਖਰਦਾ ਤੁਸਾਂ ਕੋਲ ਚਲੋ ਅੰਡੇ ਦੇ ਜੁਲਸੋ ਮੈਂ ਚਾਰ ਪੰਜ ਅੰਡੇ ਸਿਰਾ ਸਿਰਾ ਅੰਦਰ ਕਰਨਾ ਸਾਰੇ ਦੋਸਤ ਤੇ ਮੰਸ਼ਾ ਬਾਸੀ ਮਕੀਨ ਉਹਨਾਂ ਚਾਰ ਪੰਜ ਅੰਡੇ ਅੰਦਰ ਕਰੇ ਜਿਹੜੇ ਉਹਦਾ ਕੁਝ ਹਾਂ ਨੋ ਡਰਾਈ ਬੈਠਿਆ ਹੋਇਆ ਉਹ ਨਹੀਂ ਦਰਜਨ ਅੱਗ ਦੇ ਜੁਲਸੋ ਦਰਜਨ ਹੈ ਚਲੋ ਮੈਂ ਨਾਲ ਬਿਲਾਲ ਕਿਆ ਨਹੀਂ ਹੋਰਾਂਗੇ ਭਗਤਾਈ ਸੱਟ ਸਾ ਠੀਕ ਹੈ ਨਾ ਤੁਸੀਂ ਆਪੂ ਹੀ ਖਾਣੇ ਆ ਰਹੇ ਹੋ ਆਪਾਂ ਮਾਰਨੇ ਹੋਣੇ ਵੇ ਜੇ ਗੱਡੀ ਨਾ ਆਪੂ ਵਾਲੇ ਗਰਮੀ ਹੈ ਤੁਹਾਡੀ ਗਰਮੀ ਹੈ ਓਹੋ ਮੈਂ ਤਾਂ ਹਾਂ ਸਰਦੀ ਹੈ ਪਾਪਾ ਕੋਟੂ ਤੇ ਬੜੇ ਸਟਾਰਾਂ 'ਚ ਬੈਠੇ ਹੋ ਲਤਾ ਬਲਾਦ ਰੱਖੀ ਤੇ ਬਸ ਮਾੜਾ ਸਟਾਈਲ ਹੀ ਹੈ ਹਾਏ ਪਾਪੇ ਕੋਟੂ ਦਾ ਸਟਾਈਲ ਕਿਆ ਆ ਜੀ ਸਾਡੇ ਘਰਾਂ ਪਲਾਂ ਤੱਕਣੇ ਹੋ ਸਾਡੇ ਇਸ ਭਾਵੇਂ ਕੋਟੂ ਕੀ ਬੰਦਾ ਬਹੁਤ ਚੰਗਾ ਆ ਮਾੜਾ ਹੈ ਬਹੁਤ ਸੰਗੀ ਆ ਤੇ ਕੰਮ ਸ਼ਮ ਠੀਕ ਆ ਕੰਮ ਸਹੀ ਚੱਲਦਾ ਇਹ ਕਿਆ ਵਜ੍ਹਾ ਇਤਨਾ ਕਦ ਗਿਆ ਨਿੱਕਾ ਆ ਪਤਾ ਨਹੀਂ ਹੁਣ ਤੁਸਾਂ ਸਾਰੇ ਨਾਲ ਡਰਾਮੇ ਚ ਜਿਹੜਾ ਕਰ ਸੋ ਇਹ ਤੁਸਾਂ ਪੇ ਤੱਕਣੇ ਹੋ ਜੀ ਭੈਣੋ ਭਰਾਓ ਸੰਗੀਓ ਦੋਸਤੋ ਪਾਪੇ ਕੋਟੂ ਹੋਰਾਂ ਕੀ ਨਾ ਆ ਇਹਨਾਂ ਨੂੰ ਉਸਾਮਾ ਇਹ ਸਾਰੇ ਪਾਕਿਸਤਾਨ ਬੋਲਦਾ ਹੈ ਟੀਮ ਨਾ ਮੈਂਬਰ ਵੀ ਹੈ ਇਹ ਸਾਰੇ ਨਾਲ ਡਰਾਮਿਆਂ 'ਚ ਕੰਮ ਸ਼ਮ ਕਰਿਆ ਕਰ ਸਣ ਅੱਗੇ ਤੁਸਾਂ ਉਸ ਕੋਡੂ ਕੀ ਤੱਕਣੇ ਸਿਆ ਤੋਂ ਹੁਣ ਤੁਸਾਂ ਸਾਹਮਣੇ ਕੋਡੂ ਕੀ ਸਾਡੇ ਨਾਲ ਤੱਕਿਆ ਕਰ ਸੋ ਇਹ ਬੰਦਾ ਬੜਾ ਚੰਗਾ ਆ ਰੋਜ਼ਾ ਸ਼ੁਦਾ ਰੱਖਣਾ ਦਿਹਾੜੀ ਠੱਡਾ ਛੱਡਾ ਵੀ ਕਰਨਾ ਉਠਾ ਇਹਨਾਂ ਪਿਪੜੀ ਜੰਮੀ ਖੁਸ਼ਕ ਇਸ ਮਾਰਿਆ ਜੀ ਠੱਡਾ ਤੱਤਾ ਕਰਨਾ ਰਹਿਣਾ ਇਹ ਗੱਲ ਇਹਨੂੰ ਪਾਪਾ ਜੀ ਇਹ ਗਾਹਕ ਵੀ ਤੁਸਾਂ ਨਾਲ ਇੰਤਜ਼ਾਰ ਕਰਨੇ ਰਹੇ ਅਸਲ ਵਿੱਚ ਸੋਚਦਾ ਸ਼ੁਦਾ ਕਿੰਨੇ ਤਾਂ ਛੋਟੇ ਛੋਟੇ ਬੱਚੇ ਹੈਂਜੀ ਰੋਜ਼ ਅਸਲੇ ਛੋਟੇ ਛੋਟੇ ਕਿਤਨੇ ਬੜੇ ਹੋ ਪਾਪਾ ਤੁਸਾਂ ਸਰਕਾਰੀ ਸਾਰਿਆਂ ਕੀ ਪਤਾ ਲੈ ਗਿਆ ਇਹ ਵੀ ਦੱਸੋ ਤੁਸੀਂ ਇਹਨਾਂ ਭੈਣਾਂ ਭਰਾਵਾਂ ਕੀ ਦੱਸੋ ਸਕੂਲਾਂ ਦੇ ਅੰਦਰ ਜਾਣੇ ਰਹੇ ਹੋ ਜਾਂ ਪਿਛੋਕੜ ਵੇਚ ਬੰਨੇ ਰਹੇ ਹੋ ਦੱਸੋ ਨਾ ਨਾ ਸਿਰ ਬਾਹੋ ਨਾ ਅੰਦਰ ਗਵਰਨਮੈਂਟ ਆਈ ਆ ਪਾਪਾ ਪੁੱਤਰ ਪੰਨੇ ਰਿਆ ਸਕੂਲ ਦਾ ਕਿਹੜੇ ਚ ਚੋਕੜ ਪੰਨੇ ਰਿਆ ਇਸ ਪਕੜਾ ਲਾ ਲੈ ਸਕੂਲ ਦਾ ਚੋਕੜ ਇਸ ਤੇ ਪਕੜਾ ਲਾ ਇੱਕ ਹੀ ਪਚੋਕੜ ਪੜ ਜਾਵੇ ਬਸ ਮਾਲ ਸਟੇ ਲਈਏ ਆ ਚੋਕੜ ਪੜ ਲਿਆ ਅੱਛਾ ਅੱਛਾ ਇਹ ਵੈਸੇ ਲੈਕ ਸੋ ਨਾ ਲੈਕ ਸੋ ਚੋਕੜ ਪੜ ਲਿਆ ਬਸ ਨਹੀਂ ਦੇ ਚਾ ਹਾਂਜੀ ਚੋਕੜ ਪੜ ਲਿਆ ਬਸ ਨਹੀਂ ਦੇ ਇਹ ਮਾਸਟਰ ਲੈਕ ਸੇ ਜਾਂ ਨਾ ਲੈਕ ਸੇ ਅਗਰ ਲੈਕ ਹੋਣਾ ਤਾਂ ਤੁਸੀਂ ਅੱਠ ਨਾ ਪੜੋ ਮੈਂ ਲਗਣਾ ਕੋਈ ਨਾ ਲੈਕ ਸੇ ਪਤਾ ਨਹੀਂ ਹਾਂਜੀ ਤੁਸੀਂ ਮਾਸਟਰ ਜੀ ਨੂੰ ਪੜਾਣੇ ਰਹੇ ਮਾੜੇ ਨਾਲ ਰਿਹਾ ਕਰ ਡਰਾਮਿਆਂ ਸ਼ਾਮਿਆਂ ਤੱਕਿਆ ਕਰੋ ਮਜ਼ੀਦ ਮਜ਼ੀਦ ਭੈਣਾਂ ਭਰਾ ਕੇ ਇਹਨਾਂ ਨਾਲ ਮਾੜੀ ਗੱਪ ਸ਼ੱਪ ਲਗੀ ਰਿਹਾ ਕਰ ਸੀ
ਅੱਜ ਦਾ ਪ੍ਰੋਗਰਾਮ ਅਚਾਨਕ ਸੀ ਰੋਜ਼ੇ ਦੇ ਟਾਈਮ ਹੋਇਆ ਸੋਹਣੇ ਜਵਾਲਾ।